ਹਾਂਜੀ, ਛੁੱਟੀਆਂ ਤੋਂ ਬਾਅਦ ਦੁਬਾਰੇ ਫਿਰ ਆਪਾਂ ਕੰਮ 'ਤੇ ਆ ਗਏ ਹਾਂ। ਲਿਥੁਆਨੀਆ ਤੋਂ ਟੈਂਕੀਆਂ ਫੁੱਲ ਕਰਾ ਲਈਆਂ ਦੋਨੇ ਗੱਡੀ ਦੀਆਂ, ਗਾਹਾਂ ਪੋਲੈਂਡ ਫਿਰ ਨੋ ਐਂਟਰੀ ਹੋਣ ਵਾਲੀ ਆ ਸ਼ਾਮ ਦੀ। ਅਤੇ ਕੀ ਆਪਣਾ ਚੱਲ ਰਿਹਾ ਲਾਇਸੈਂਸ ਦਾ ਥੋੜ੍ਹਾ ਜਿਹਾ ਇਸ਼ੂ ਯੂਰਪ ਦਾ, ਵੀ ਕਿੱਦਾਂ ਬਣੂਗਾ, ਹੈ ਨਾ, ਕੀ ਫੀਸ ਆ, ਕਿੰਨਾ ਕੁ ਟਾਈਮ ਲੱਗਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਾਰੇ ਮੇਰੇ ਵੀਰਾਂ ਦੇ ਕੀ ਹਾਲ ਚਾਲ ਨੇ, ਸਾਰੇ ਚੜ੍ਹਦੀ ਕਲਾ 'ਚੋਂ। ਹਾਂਜੀ, ਛੁੱਟੀਆਂ ਤੋਂ ਬਾਅਦ ਦੁਬਾਰੇ ਫਿਰ ਆਪਾਂ ਕੰਮ 'ਤੇ ਆ ਗਏ ਹਾਂ, ਲੋਡਿੰਗਾਂ ਅਨਲੋਡਿੰਗਾਂ ਚੱਲਣਗੀਆਂ, ਹੁਣ ਬਲੌਕ ਪਾਵਾਂਗੇ। ਅਤੇ ਹੁਣ ਆਪਾਂ ਖੜ੍ਹੇ ਹਾਂ ਕੰਪਨੀ ਦੇ ਯਾਰਡ 'ਚ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕੰਮ। ਹਾਂਜੀ, ਲੋਡਿੰਗ ਹੋ ਗਈ ਆ ਖਤਮ, ਥੋੜ੍ਹਾ ਜਿਹਾ ਸਮਾਨ ਹੀ ਆ, ਦੋ ਬੈਲਟਾਂ ਦੀ ਲੋਡ ਪਈ ਆ। ਐਗਜੀਬਿਸ਼ਨ ਆ ਜਰਮਨੀ 'ਚ, ਅਤੇ ਉੱਥੇ ਗੱਡੀ ਖਾਲੀ ਹੋਣੀ ਆ। ਵੈਲਨਸ ਤੋਂ ਚੱਲਾਂਗੇ ਪੋਲੈਂਡ ਹੋ ਕੇ ਜਰਮਨੀ, ਅਤੇ ਉੱਥੇ ਖਾਲੀ ਕਰਾ ਦਾਂਗੇ। ਹਾਂਜੀ ਵੀਰੋ, ਰਾਤ ਦੇ ਵੱਜ ਗਏ ਨੇ 10, ਅਤੇ ਹੁਣ ਆਪਾਂ ਸੀਗੇ ਲਿਥੁਆਨੀਆ, ਲਿਥੁਆਨੀਆ ਤੋਂ ਟੈਂਕੀਆਂ ਫੁੱਲ ਕਰਾ ਲਈਆਂ ਦੋਨੇ ਗੱਡੀ ਦੀਆਂ। ਅਤੇ ਇੱਥੇ ਤੇਲ ਦਾ ਥੋੜ੍ਹਾ ਜਿਹਾ ਫਰਕ ਆ ਬਾਕੀ ਕੰਟਰੀਆਂ ਨਾਲੋਂ, ਤਾਂ ਇੱਥੋਂ ਫੁੱਲ ਕਰਵਾ ਕੇ ਆਪਾਂ
ਪੋਲੈਂਡ ਐਂਟਰ ਕਰਾਂਗੇ। ਪੋਲੈਂਡ ਦੀ ਐਂਟਰੀ ਖੁੱਲ ਗਈ ਆ ਰਾਤ ਦੇ 10 ਵਜੇ ਤੋਂ ਬਾਅਦ ਨੌ ਐਂਟਰੀ ਖੁੱਲ੍ਹ ਜਾਂਦੀ ਆ। ਚੱਲਦੇ ਹਾਂ ਫਿਰ, 2-3 ਦਿਨਾਂ ਤੱਕ ਪਹੁੰਚਾਂਗੇ ਜਰਮਨੀ, ਜਿੱਥੇ ਗੱਡੀ ਖਾਲੀ ਕਰਾਉਣੀ ਆ। 1800 ਕਿਲੋਮੀਟਰ ਆ ਅਤੇ ਜਿੰਨੀ ਗੱਡੀ ਚੱਲੀ ਅੱਜ ਚਲਾਵਾਂਗੇ ਰਾਤ ਨੂੰ, ਅਤੇ ਬਾਕੀ 9-10 ਘੰਟੇ ਦੀ ਰੈਸਟ ਤੋਂ ਬਾਅਦ ਫਿਰ ਚੱਲਾਂਗੇ ਗਾਹਾਂ। ਇੱਦਾਂ ਕਰਦੇ ਪਹੁੰਚ ਜਾਂਗੇ 3-4 ਦਿਨਾਂ ਤੱਕ, ਗੱਡੀ ਖਾਲੀ ਕਰਾ ਦਾਂਗੇ। ਚਲੋ ਫਿਰ ਚੱਲਦੇ ਆ। ਆਪਾਂ ਰੁਕੇ ਸੀ ਪੋਲੈਂਡ, ਅਤੇ ਹੁਣ ਸ਼ਾਵਰ ਕਰ ਲਿਆ ਅਤੇ ਕੌਫੀ ਲੈ ਕੇ ਚੱਲਦੇ ਹਾਂ ਗਾਹਾਂ। ਪੋਲੈਂਡ ਫਿਰ ਨੌ ਐਂਟਰੀ ਹੋਣ ਵਾਲੀ ਆ ਸ਼ਾਮ ਦੀ, ਅਤੇ ਉਦੋਂ ਪਹਿਲਾਂ 6-7 ਘੰਟੇ ਦੀ ਡਰਾਈਵ ਕਰਾਂਗੇ, ਅਤੇ ਥੋੜ੍ਹਾ ਜਿਹਾ ਗਾਹਾਂ ਵੱਧਦੇ ਹਾਂ। ਸਹੀ ਹੈ, ਚੱਲਦੇ ਹਾਂ ਹੁਣ ਆਪਾਂ। ਹੁਣ ਵਿਊ ਵੀ ਦਿਖਾਉਣੇ ਆ ਪੋਲੈਂਡ ਦੇ। ਹਾਂਜੀ, ਕੀ ਹਾਲ ਚਾਲ ਆ ਜੀ ਸਾਰਿਆਂ ਦੇ। ਹਾਂਜੀ ਵੀਰੋ, ਡਰਾਈਵ ਕਰਦੇ ਰੈਸਟ ਕਰਦੇ 4 ਦਿਨਾਂ 'ਚ ਪਹੁੰਚ ਗਏ ਸੀਗੇ ਜਰਮਨੀ, ਅਤੇ ਗੱਡੀ ਖਾਲੀ ਕਰਾਤੀ ਆ ਆਪਾਂ ਹੁਣ ਇੱਥੇ, ਅਤੇ ਹੁਣ ਅਗਲਾ ਲੋਡ ਮਿਲਣ ਵਾਲਾ ਹੀ ਆ। ਕੰਪਨੀ ਦੀ ਪਾਰਕਿੰਗ 'ਚ ਹੀ ਖੜ੍ਹੇ ਹਾਂ ਆਪਾਂ।
ਬਾਕੀ ਆਪਣਾ ਚੱਲ ਰਿਹਾ ਲਾਇਸੈਂਸ ਦਾ ਥੋੜ੍ਹਾ ਜਿਹਾ ਇਸ਼ੂ ਯੂਰਪ ਦਾ, ਵੀ ਕਿੱਦਾਂ ਬਣੂਗਾ ਹੈ ਨਾ, ਕੀ ਫੀਸ ਆ, ਕਿੰਨਾ ਕੁ ਟਾਈਮ ਲੱਗਦਾ ਹੈਗਾ ਵੀਰੇ ਇਹਨੂੰ। 3-4 ਮੰਥ ਲੱਗਦੇ ਆ ਕਲਾਸਾਂ ਦੇ ਅਕੋਰਡਿੰਗ, ਜਿੱਦਾਂ ਆਪਣੇ ਦੁਬਈ ਸੀਗਾ, ਉੱਦਾਂ ਹੀ ਟੈਸਟ ਦੇਣਾ ਪੈਂਦਾ, ਉੱਦਾਂ ਹੀ ਕਲਾਸੇ ਲਾਉਣੀਆਂ ਪੈਂਦੀਆਂ ਅਤੇ ਉੱਦਾਂ ਹੀ ਫਾਈਨਲ ਟੈਸਟ ਦੇਣਾ ਪੈਂਦਾ। ਅਤੇ ਬਾਕੀ ਇੰਗਲਿਸ਼ 'ਚ ਹੀ ਹੁੰਦਾ, ਕੋਈ ਘਾਬਰਾਂ ਵਾਲੀ ਗੱਲ ਨਹੀਂ ਹੈਗੀ, ਇੰਗਲਿਸ਼ 'ਚ ਹੀ ਹੋਊਗਾ। ਕੋਡ 95 ਵੀ ਇੰਗਲਿਸ਼ 'ਚ ਆ, ਬਾਕੀ ਕਲਾਸਾਂ ਵੀ ਇੰਗਲਿਸ਼ 'ਚ ਹੀ ਲੱਗਣਗੀਆਂ, ਅਤੇ ਟਰਾਈ ਵੀ ਇੰਗਲਿਸ਼ 'ਚ ਹੀ, ਉਹ ਪੁੱਛਦੇ ਆ ਜੋ ਵੀ ਇਨਕੁਆਇਰੀ ਵਗੈਰਾ ਕਰਦੇ ਹੈ ਨਾ, ਇੰਸਪੈਕਟਰ ਕਰਦਾ ਹੈਗਾ। ਅਤੇ ਗੱਲ ਕਰੀਏ ਆਪਾਂ ਕਿੰਨੇ ਕੁ ਲੱਗਦੇ ਨੇ, 1000-1500 ਲੱਗਦਾ ਮੈਕਸੀਮਮ, ਇਦੋਂ ਵੱਧ ਨਹੀਂ ਲੱਗਦੇ ਹੈਗੇ। ਜਦ ਬੰਦਾ ਜਦੋਂ ਜ਼ਿਆਦਾ ਹੀ ਟਰਾਈਆਂ ਫੇਲ ਹੋ ਜਾਂਦਾ, ਕਲਾਸਾਂ ਜ਼ਿਆਦਾ ਲੈਂਦਾ, ਉਹਦੀ ਗੱਲ ਵੱਖਰੀ ਆ, ਨੋਰਮਲ 1000 ਯੂਰੋ 1500 ਦੇ ਵਿੱਚ ਵਿੱਚ ਪੜ ਜਾਂਦਾ। ਬਾਕੀ ਆਪਣੇ ਕੋਲ ਆ ਰਿਹਾ ਇੱਕ ਜਿਹਦੇ ਕੋਲ ਯੂਰਪ ਦਾ ਲਾਇਸੈਂਸ ਆ, ਸਟੂਡੈਂਟ ਭੇਜ ਰਹੀ ਆ ਕੰਪਨੀ ਮੇਰੇ ਕੋਲ, ਬਾਕੀ ਉਹਦੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦਾ ਕੀ ਸਾਰਾ ਕੁਝ ਚੰਗੀ ਤਰ੍ਹਾਂ ਦੱਸ ਸਕਦਾ ਨਾ ਆਪਾਂ ਨੂੰ, ਉਹਦੇ ਨਾਲ ਵੀ ਕਰਾਂਗੇ ਗੱਲ। ਅਤੇ ਉਹਨੇ ਤਾਂ 5 ਸਾਲ ਇੱਥੇ ਸਟੱਡੀ ਕੀਤੀ ਆ, ਪਹਿਲਾਂ ਕਾਰ ਦਾ ਲਿਆ ਸੀਗਾ ਅਤੇ ਫਿਰ ਟਰੱਕ ਦਾ ਲਿਆ ਸੀ, ਉਹਨੇ ਕਦੇ ਟਰੱਕ ਚਲਾ ਕੇ ਵੀ ਨਹੀਂ ਦੇਖਿਆ ਸੀ, ਉਹ ਕਹਿੰਦਾ ਮੇਰਾ 2-2.5 ਮਹੀਨੇ 'ਚ ਬਣ ਗਿਆ ਸੀਗਾ ਲਾਇਸੈਂਸ ਹੈ ਨਾ। ਬਾਕੀ ਚਲੋ ਗਾਹਾਂ ਵੀਡੀਓ ਪਾਵਾਂਗੇ, ਹੋਰ ਵਧੀਆ ਵਧੀਆ ਸ਼ੇਅਰ ਕਰਿਓ, ਕਮੈਂਟ ਕਰਿਓ, ਲਾਈਕ ਕਰਿਓ, ਅਤੇ ਜੇ ਕੋਈ ਸਲਾਹ ਵੀ ਦੇਣੀ ਹੋਵੇ ਹੈ ਨਾ ਵੀਰੇ, ਐਂ ਕਰ ਲਿਆ ਕਰ, ਅਤੇ ਉਹ ਵੀ ਮੈਨੂੰ ਜ਼ਰੂਰ ਦੱਸਿਓ, ਅਤੇ ਆਪਾਂ ਉਹ ਚੇਂਜ ਜ਼ਰੂਰ ਕਰਾਂਗੇ ਵੀਡੀਓ ਦੇ ਵਿੱਚ।